150 ਥਾਵਾਂ ਤੇ ਜਾਮ ਲਾਏ ਨੇ ਕਿਸਾਨਾਂ ਨੇ ਰੇਲਾਂ ਤੇ ਵੀ ਸੜਕਾਂ ਤੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਨੇ ਤੇ ਕਿਤੇ ਵੀ ਰੈਲੀ ਤੇ 10-20,000 ਤੋਂ ਘੱਟ-ਘੱਟ ਨਹੀਂ ਸੀ ਭਗਤ ਸਿੰਘ ਨੇ ਨੌਜਵਾਨਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਨੇ ਸੰਦੇਸ਼ ਦਿੱਤੇ ਆ ਕਿ ਨੌਜਵਾਨੋ ਜਾਗੋ ਉੱਠੋ ਸਾਨੂੰ ਸੁੱਤਿਆਂ ਨੂੰ ਜੁਗ ਬੀਤ ਗਏ ਨੇ ਉਹ ਅੱਜ ਨੌਜਵਾਨੀ ਪੰਜਾਬ ਦੀ ਜਿਹੜੀ ਫਿਰਕਾ ਪ੍ਰਸਤ ਲੀਹਾਂ ਤੇ ਪਾਤੀ ਸੀ ਭਰਾ ਨੂੰ ਭਰਾ ਨੂੰ ਮਰਵਾਉਣ ਦੀ ਗੱਲ ਹੋ ਗਈ ਸੀ 10-15 ਸਾਲ ਉੱਥੇ ਖੂਨ ਵਹਾਇਆ ਗਿਆ ਅੱਜ ਪੰਜਾਬ ਦੀ ਨੌਜਵਾਨੀ ਉਹ ਕਿਸਾਨਾਂ ਦੇ ਸੰਘਰਸ਼ਾਂ ਚ ਮੂਹਰੇ ਹੋ ਕੇ ਲੜ ਰਹੀ ਆ ਧਰਨੇ ਵਿੱਚ ਚਾਹੇ ਪਟਿਆਲੇ ਚਾਹੇ ਬਾਦਲ ਦੇ ਪਿੰਡ ਧਰਨਾ ਮਾਰਿਆ ਜਾਂ ਪੰਜਾਬ ਦੇ ਥਾਂ ਥਾਂ ਕੱਲ ਦੇ ਧਰਨੇ ਦੇਖ ਲਓ ਬੰਦ ਜਿਹੜਾ 100% ਸਫਲ ਹੋਇਆ ਬੰਦ 150 ਥਾਵਾਂ ਤੇ ਜਾਮ ਲਾਏ ਨੇ ਕਿਸਾਨਾਂ ਨੇ ਰੇਲਾਂ ਤੇ ਵੀ ਸੜਕਾਂ ਤੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਨੇ ਤੇ ਕਿਤੇ ਵੀ ਰੈਲੀ ਤੇ 10-20,000 ਤੋਂ ਘੱਟ-ਘੱਟ ਨਹੀਂ ਸੀ ਜਿਹੜੀ ਉਹਦੇ ਚ ਸਭ ਤੋਂ ਵੱਡੀ ਪੋਜ਼ਿਟਿਵ ਗੱਲ ਆ ਕਿ ਲਗਾਤਾਰ ਸੰਘਰਸ਼ ਚ ਬੀਬੀਆਂ ਤੁਸੀਂ ਫੋਟੋਆਂ ਦੇਖ ਲਓ ਜਿੰਨੇ ਜੈਂਟਸ ਨੇ ਮਰਦ ਨੇ ਬਰਾਬਰ ਦੀਆਂ ਉਨੀਆਂ ਬੀਬੀਆਂ ਨੇ ਅੱਗੇ ਜਿਹੜਾ ਭਗਤ ਸਿੰਘ ਦਾ ਸੰਦੇਸ਼ ਜਿਹੜਾ ਉਹਨੇ ਫਾਂਸੀ ਵੇਲੇ ਲੈਨਨ ਦੀ ਜੀਵਨੀ ਪੜ੍ਹਦੇ ਨੇ ਵਰਕਾ ਮੋੜਿਆ ਸੀ ਭਗਤ ਸਿੰਘ ਨੇ ਨੌਜਵਾਨਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਨੇ ਸੰਦੇਸ਼ ਦਿੱਤੇ ਆ ਕਿ ਨੌਜਵਾਨੋ ਜਾਗੋ ਉੱਠੋ ਸਾਨੂੰ ਸੁੱਤਿਆਂ ਨੂੰ ਜੁਗ ਬੀਤ ਗਏ ਨੇ ਉਹ ਅੱਜ ਨੌਜਵਾਨੀ ਪੰਜਾਬ ਦੀ ਜਿਹੜੀ ਫਿਰਕਾ ਪ੍ਰਸਤ ਲੀਹਾਂ ਤੇ ਪਾਤੀ ਸੀ ਭਰਾ ਨੂੰ ਭਰਾ ਨੂੰ ਮਰਵਾਉਣ ਦੀ ਗੱਲ ਹੋ ਗਈ ਸੀ 10-15 ਸਾਲ ਉੱਥੇ ਖੂਨ ਵਹਾਇਆ ਗਿਆ ਅੱਜ ਪੰਜਾਬ ਦੀ ਨੌਜਵਾਨੀ ਉਹ ਕਿਸਾਨਾਂ ਦੇ ਸੰਘਰਸ਼ਾਂ ਚ ਮੂਹਰੇ ਹੋ ਕੇ ਲੜ ਰਹੀ ਆ ਉਹ ਨੌਜਵਾਨ ਜਿੰਦਾਬਾਦ ਨੇ ਸੋ ਅੱਜ ਭੈਣਾਂ ਤੇ ਨੌਜਵਾਨ ਵਧਾਈ ਦੇ ਪਾਤਰ ਨੇ ਉਹ ਪੰਜਾਬ ਦੀ ਮੂਵਮੈਂਟ ਨੂੰ ਅੱਗੇ ਲਿਜਾ ਰਹੇ ਨੇ ਹੁਣ ਮੈਂ 2 ਮਿੰਟ ਦੱਸ ਦੇਵਾਂ ਕਿ 3 ਆਰਡੀਨੈਂਸ ਜਾਰੀ ਕੀਤੇ ਨੇ ਭਾਰਤੀ ਸਰਕਾਰ ਨੇ ਜਿਹੜਾ ਪਹਿਲਾ ਆਰਡੀਨੈਂਸ ਉਹ ਕਿਸਾਨ ਉਤਪਾਦ ਵਪਾਰ ਅਤੇ ਵਪਾਰਕ ਆਰਡੀਨੈਂਸ ਇਹ ਜਿਹੜਾ ਆਰਡੀਨੈਂਸ ਹੈ ਇਹ ਭਾਰਤ ਨੂੰ ਖੁੱਲ੍ਹੀ ਮੰਡੀ 'ਚ ਬਦਲਣ ਵਾਲਾ ਜਿਹੜੀ 1991 ਦੇ ਵਿੱਚ ਨਰਸਿਮਾ ਰਾਓ ਕਾਂਗਰਸ ਦੀ ਹਕੂਮਤ ਨੇ ਉਹ ਲਿਆਂਦਾ ਸੀ ਸੰਸਾਰ ਪੱਧਰ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਉਹਨੂੰ ਪੂਰੀ ਤਰ੍ਹਾਂ ਲਾਗੂ ਕਰ ਰਹੇ ਨੇ ਇਹ ਆਰਡੀਨੈਂਸ ਜਿਹੜਾ ਕਿਸਾਨਾਂ ਤੋਂ ਉਹਨਾਂ ਦੀਆਂ ਫਸਲਾਂ ਦਾ ਆਪਦੀ ਮਰਜ਼ੀ ਦੇ ਨਾਲ ਲੁੱਟ ਕੇ ਅਤੇ ਬਾਅਦ 'ਚ ਜਿਹੜਾ ਕੰਜ਼ਿਊਮਰ ਆ ਹਿੰਦੁਸਤਾਨ ਦਾ ਗਰੀਬ ਉਹਨੂੰ ਆਪਦੇ ਮਰਜ਼ੀ ਦੇ ਰੇਟ ਨਾਲ ਲੁੱਟਣਗੇ ਮੈਂ ਸੰਖੇਪ 'ਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਸਾਡੇ ਸਰੋਕਰਨ ਦੀ ਆਵਾਜ਼ ਅਖਬਾਰ 'ਚ ਇਹ 3 ਆਰਡੀਨੈਂਸਾਂ ਦੀ ਡਿਟੇਲ ਆਉਣੀ ਆ ਤੁਸੀਂ ਪੜ੍ਹ ਲਿਓ ਇਹਨੂੰ ਦੂਜਾ ਜਿਹੜਾ ਆਰਡੀਨੈਂਸ ਆ ਉਹ ਜ਼ਰੂਰੀ ਵਸਤੂ ਆ 1955 ਵਿੱਚ 100 ਦਾ ਇਹ ਤੁਸੀਂ ਪੜ੍ਹਿਆ ਲਿਖਿਆ ਹੋਊਗਾ ਕਿ 1955 ਦਾ ਜਿਹੜਾ ਇਹ ਐਕਟ ਆ ਇਹ ਜ਼ਖੀਰੇਬਾਜ਼ੀ ਨੂੰ ਜਮ੍ਹਾਂਖੋਰੀ ਨੂੰ ਰੋਕਣ ਲਈ ਬਣਾਇਆ ਗਿਆ ਸੀ ਇਹਦੇ 'ਚ ਸੋਧ ਕਰਨ ਦੇ ਨਾਂ 'ਤੇ ਵੀ ਇਹਦੇ ਵਿੱਚ ਅਸੀਂ ਸੋਧ ਕਰਦੇ ਹਾਂ ਉਹ ਜਿਹੜੀਆਂ ਹੱਦਾਂ ਸੀ ਉਹਨੂੰ ਬੰਦ ਕਰਤਾ ਵੀ ਅੱਜ ਵਪਾਰੀ ਮਲਟੀਨੈਸ਼ਨਲ ਕਾਰਪੋਰੇਸ਼ਨਾਂ ਵੱਡੀਆਂ ਕਾਰਪੋਰੇਸ਼ਨਾਂ ਉਹ ਜਿੰਨਾ ਮਰਜ਼ੀ ਕਿਸਾਨਾਂ ਤੋਂ ਖਰੀਦ ਕੇ ਜ਼ਖੀਰੇਬਾਜ਼ੀ ਕਰ ਲੈਣ ਅਤੇ ਆਪਦੀ ਮਰਜ਼ੀ ਨਾਲ ਲੁੱਟ ਕਰ ਲਏ ਦੂਜਾ ਜਿਹੜਾ ਆਰਡੀਨੈਂਸ ਆ ਸੰਖੇਪ 'ਚ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਜਿਹੜਾ ਤੀਜਾ ਆਰਡੀਨੈਂਸ ਆ ਉਹ ਮੁੱਲ ਬੀਮਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ ਅਤੇ ਕਿਸਾਨ ਸਮਝੌਤਾ ਇਹ ਮਹਾਰਾਸ਼ਟਰ 'ਚ ਮੱਧ ਪ੍ਰਦੇਸ਼ 'ਚ ਗੁਜਰਾਤ 'ਚ ਸਰਕਾਰ ਨੇ ਲਾਗੂ ਕਰਕੇ ਦੇਖ ਲਿਆ ਕਿਸਾਨਾਂ ਦੀ ਉਹਨੇ ਤੁੱਕੀ ਕੱਢਤੀ ਜਿਹੜੇ ਕਿਸਾਨ ਅੱਜ ਖੁਦਕਸ਼ੀਆਂ ਵੱਲ ਨੂੰ ਜਾ ਰਹੇ ਨੇ ਜਿਹੜੀਆਂ ਮਹਿੰਗੀਆਂ ਵਸਤਾਂ ਨੇ ਕੀੜੇ ਮਾਰ ਦਵਾਈਆਂ ਨੇ ਟਰੈਕਟਰਾਂ ਨੇ ਕੀਮਤਾਂ ਨੇ ਉਹਨਾਂ ਦਾ ਕਚੂਪਰ ਕੱਟਿਆ ਹੋਇਆ ਉਹਨਾਂ ਦੀ ਰਹਿੰਦੀ ਖੁੰਦੀ ਜਿਹੜੀ ਰੋਟੀ ਆ ਉਹ
ਉਹ ਖੋਣ ਦੀਆਂ ਮੋਦੀ ਦੀ ਜਿਹੜੀ ਸਰਕਾਰ ਆ ਉਹਨੇ ਪੈੜੇ ਰੱਸੇ ਬੰਨ ਲਏ ਤੇ ਹਿੰਦੁਸਤਾਨ ਦੇ ਕਿਸਾਨ ਉਹਦੇ ਖਿਲਾਫ ਜਾਗ ਉੱਠੇ ਨੇ ਤੇ ਵੱਡੀ ਪੱਧਰ ਤੇ ਸ਼ਿਕਾਰਚਾ ਜਿਹੜਾ ਉਹ ਕਰ ਰਹੇ ਨੇ।